ਮੋਸਟ ਆਫ ਜਿਹੜੇ ਐਂਟਰਪ੍ਰੀਨਰਸ ਹੈਗੇ ਉਹ ਪੰਜਾਬੀ ਹੈਗੇ, ਪਰ ਉਹ ਜਿਹੜੀ ਕੰਪਨੀਆਂ ਬਿਲਡ ਕਰ ਰਹੇ ਨੇ ਪੰਜਾਬ 'ਚ ਨਹੀਂ ਕਰ ਰਹੇ ਨੇ, ਸੋ ਇਟਸ ਆਵਰ ਜੋਬ ਟੂ ਮੇਕ ਸ਼ੋਰ ਜਿਹੜੇ ਪੰਜਾਬੀ ਐਂਟਰਪ੍ਰੀਨਰ ਨੇ ਉਹ ਪੰਜਾਬ 'ਚ ਕੰਪਨੀਆਂ ਬਿਲਡ ਕਰਨ। ਐਕਚੁਲੀ ਇਸ ਕੰਪਨੀ ਦਾ ਮਕਸਦ ਇਹੀ ਹੈ ਕਿ ਸਾਰੇ ਜਿਹੜੇ ਸਟਾਰਟਅਪ ਆਈਡੀਆਜ਼ ਹੈ ਸਟੇਟ ਦੇ ਵਿੱਚ, ਡਿਫਰੈਂਟ ਪਾਰਟਸ ਆਫ ਦਾ ਪੰਜਾਬ ਸਟੇਟ, ਉਹਨਾਂ ਨੂੰ ਇਕੱਠਾ ਕਰੀਏ, ਉਹਨਾਂ ਨੂੰ ਕਨੈਕਟ ਕਰੀਏ, ਉਹਨਾਂ ਨੂੰ ਫਿਲਟਰ ਕਰੀਏ। ਪੰਜਾਬੀਆਂ 'ਚ ਐਂਟਰਪ੍ਰੀਨਿਓਰ ਸਾਡੇ DNA 'ਚ ਹੈਗੀ ਹੈ, ਵਾਈ ਡੋਂਟ ਵੀ ਯੂਜ਼ ਵਾਟ ਵੀ ਹੈਵ ਐਂਡ ਟੇਕ ਇਟ ਟੂ ਦ ਨੈਕਸਟ ਲੈਵਲ। ਗੌਰਮੈਂਟ ਨੇ ਤੁਹਾਡੀ ਹੈਲਪ ਕੀਤੀ, ਗੌਰਮੈਂਟ ਦਾ ਸਪੋਰਟ ਕਿੱਦਾਂ ਰਿਹਾ ਤੁਹਾਡੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ? ਇਹ ਜਿਹੜਾ ਪ੍ਰੋਗਰਾਮ ਸਾਡਾ ਹੈ ਨਾ ਜੀ, ਇਟਸ ਅ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਅੱਜ ਤੱਕ ਕੋਈ ਐਸੀ ਜਗ੍ਹਾ ਹੀ ਨਹੀਂ ਸੀ, ਕੋਈ ਫੋਰਮ ਹੀ ਨਹੀਂ ਸੀ ਜਿੱਥੇ ਇਹਨਾਂ ਨੂੰ ਇਕੱਠਾ ਕਰ ਲਈਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਤੇ ਮੈਂ ਹਾਂ ਜਸਵੀਰ ਕੌਰ। ਸੋ ਅੱਜ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ, ਜਿੱਥੇ ਇੱਕ ਪੰਜਾਬ ਦੇ ਕਹਿਣ ਲੱਗੇ ਇੱਕ ਸਟਾਰਟਅਪ ਹੁੰਦਾ, ਜਦੋਂ ਬਿਜ਼ਨਸ ਇੱਕ ਸਟਾਰਟ ਕਰਨਾ ਹੁੰਦਾ ਕਾਫੀ ਜ਼ਿਆਦਾ ਮਦਦ ਲੱਗਦੀ ਹੈ, ਕਾਫੀ ਜ਼ਿਆਦਾ ਲੋਕ ਸੋਚਦੇ ਨੇ ਕੀ ਕੁਛ ਇਨਵੈਸਟਮੈਂਟ ਕਰਨੀ ਹੈ, ਆਈਡੀਆਜ਼ ਕਿੱਥੋਂ ਹੋਣੇ ਚਾਹੀਦੇ। ਅਤੇ ਅੱਜ ਇੱਕ ਆਪਾਂ ਕਹਿ ਲਈਏ ਕੈਂਪੇਨ ਜਾਂ ਇੱਕ ਔਰਗਨਾਈਜ਼ ਕੀਤਾ ਗਿਆ ਮਾਈ ਪੰਜਾਬ ਐਕਸਲੇਟਰ ਡੈਮੋ ਡੇ। ਸੋ ਅੱਜ ਸਾਡੇ ਨਾਲ ਬਰਾੜ ਸਾਹਿਬ ਅਤੇ ਸੋਮਵੀਰ ਆਨੰਦ ਜੀ ਮੌਜੂਦ ਹੈ। ਸਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅਤੇ ਸਤਿ ਸ਼੍ਰੀ ਅਕਾਲ। ਥੈਂਕ ਯੂ। ਥੈਂਕ ਯੂ ਜੀ। ਸਰ ਫਸਟ ਆਫ ਆਲ ਤੁਸੀਂ ਪੰਜਾਬ ਆਏ ਹੋ, ਸੋ ਮੇਨ ਮੋਟਿਵ ਕੀ ਹੈ ਤੁਹਾਡਾ? ਮੈਂ ਪੰਜਾਬ ਆਇਆ ਨਹੀਂ ਹਾਂ ਜੀ, ਮੈਂ ਪੰਜਾਬ ਦਾ ਹੀ ਹਾਂ ਅਤੇ ਮੈਂ ਪੰਜਾਬ, ਸਾਡਾ ਮੋਟਿਵ ਇਹੀ ਹੈ ਕਿ ਜਿਹੜੇ ਤੁਸੀਂ ਪੰਜਾਬ 'ਚ ਐਂਟਰਪ੍ਰੀਨਿਓਰਸ ਦੇਖੋ, ਇੰਡੀਆ 'ਚ ਦੇਖੋ ਐਂਟਰਪ੍ਰੀਨਿਓਰਸ, ਮੋਸਟ ਆਫ ਜਿਹੜੇ ਐਂਟਰਪ੍ਰੀਨਿਓਰਸ ਹੈਗੇ ਉਹ ਪੰਜਾਬੀ ਹੈਗੇ, ਪਰ ਉਹ ਜਿਹੜੀ ਕੰਪਨੀਆਂ ਬਿਲਡ ਕਰ ਰਹੇ ਨੇ ਪੰਜਾਬ 'ਚ ਨਹੀਂ ਕਰ ਰਹੇ ਨੇ, ਸੋ ਇਟਸ ਆਵਰ ਜੋਬ ਟੂ ਮੇਕ ਸ਼ੋਰ ਜਿਹੜੇ ਪੰਜਾਬੀ ਐਂਟਰਪ੍ਰੀਨਿਓਰ ਨੇ ਉਹ ਪੰਜਾਬ 'ਚ ਕੰਪਨੀਆਂ ਬਿਲਡ ਕਰਨ। ਅਤੇ ਦੂਜੀ ਚੀਜ਼, ਪੰਜਾਬੀਆਂ 'ਚ ਐਂਟਰਪ੍ਰੀਨਿਓਰ ਸਾਡੇ DNA 'ਚ ਹੈਗੀ ਹੈ, ਵਾਈ ਡੋਂਟ ਵੀ ਯੂਜ਼ ਵਾਟ ਵੀ ਹੈਵ ਐਂਡ ਟੇਕ ਇਟ ਟੂ ਦ ਨੈਕਸਟ ਲੈਵਲ। ਸੋ ਇਹ ਜਿਹੜਾ ਡੈਮੋ ਡੇ ਹੈ ਅੱਜ ਔਰਗਨਾਈਜ਼ ਕੀਤਾ ਤੁਸੀਂ, ਇਹ ਅਗਰ ਆਮ ਬੰਦਿਆਂ ਦੀ ਗੱਲ ਕਰੀਏ ਉਹਨਾਂ ਲਈ ਕਿੱਦਾਂ ਹੈਲਪਫੁਲ ਹੋਏਗਾ ਇਹ? ਦੇਖੋ, ਆਈਡੀਆਜ਼ ਤਾਂ ਆਪਣੇ ਆਪਣੇ ਹੈ, ਸਾਰੇ ਐਕਸਲੇਟਰ ਗਰੁੱਪ ਜਿਹੜਾ ਅੱਜ ਜਿਨ੍ਹਾਂ ਨੇ ਡੈਮੋਸਟ੍ਰੇਸ਼ਨ ਦਿੱਤੀ ਹੈ, ਸੋ ਦੇ ਹੈਵ ਬੀਨ ਸ਼ਾਰਟਲਿਸਟਿਡ ਆਊਟ ਆਫ ਸੈਵਰਲ 100 ਆਈਡੀਆਜ਼। ਸੋ ਇਹ 15 ਜਿਹੜੇ ਐਕਸਲੇਟਿਡ ਸਟਾਰਟਅਪਸ ਹੈ, ਦੇ ਆਰ ਇਨ ਵੇਰੀਅਸ ਏਰੀਆਜ਼ ਲਾਈਕ ਐਗਰੀਟੈਕ, like in service industry, or like even in products. So they will help their respective segments, jis segment jo hai gaye. So today's session is to get them investment, to take them to the next level in the next 15 to 18 months. So agar aap is program di gal kariye ki government ne todi help kiti, government da support kidda reha tode is pure program de vich? Eh jehda program sada hai na ji, it's a public private partnership. ਅਤੇ ਜਿਹੜੇ ਪ੍ਰਾਈਵੇਟ ਸੈਕਟਰ ਪਾਰਟਨਰ ਨੇ ਸਾਡੇ, ਲਾਈਕ ਮਿਸਟਰ ਬਰਾੜ ਹੂ ਕਮਸ ਇਨ ਵਿਦ ਐਕਸਪੀਰੀਅੰਸ, ਐਕਸਪਰਟੀਜ਼, ਟਾਈਮ, ਯੂ ਨੋ, ਐਨਰਜੀ, ਅਤੇ ਜਿਹੜਾ ਗਵਰਨਮੈਂਟ ਹੈ, ਇਟ ਫੈਸਿਲੀਟੇਟਸ ਆਲ ਦੈਟ, ਦੇ ਆਰ ਦ ਲੂਬਰੀਕੇਸ਼ਨ ਫੋਰ ਦ ਮਸ਼ੀਨਰੀ। ਅਤੇ ਜਿਹੜੀ ਜਗ੍ਹਾ ਸਾਡੀ ਕਲਕੱਟ ਭਵਨ ਉਹਨਾਂ ਨੇ ਦਿੱਤੀ, ਉਹਨਾਂ ਨੇ ਦਿੱਤੀ ਹੈ ਸਾਨੂੰ, ਜਿਹੜਾ ਸਾਡਾ ਓਪਰੇਸ਼ਨਲ ਬਜਟ ਹੈ ਪੰਜਾਬ ਗਵਰਨਮੈਂਟ ਤੋਂ ਆਉਂਦਾ ਹੈ। ਬਟ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਦੇ ਬਿਲੀਵ ਇਨ ਦਿਸ, ਐਂਡ ਬਿਕੋਜ਼ ਦੇ ਬਿਲੀਵ ਇਨ ਇਟ, ਵੀ ਵਿਲ ਮੇਕ ਇਟ ਹੈਪਨ। ਤੁਸੀਂ ਕਿਹਾ ਕਿ ਬਿਲੀਵ ਕਰਨਗੇ, ਬਟ ਅਗਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਨਾ ਸਰ, ਜਦੋਂ ਵੀ ਇੱਕ ਨਵੀਂ ਕੰਪਨੀ ਲਾਂਚ ਹੁੰਦੀ ਹੈ, ਕੋਈ ਵੀ ਨਵੀਂ ਚੀਜ਼ ਲੈ ਕੇ ਆਉਂਦਾ, ਆਈ ਨੋ ਬਹੁਤ ਲੋਕਾਂ ਦੀ ਮਿਹਨਤ ਲੱਗੀ ਹੁੰਦੀ ਹੈ, ਬਟ ਆਪਾਂ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਨਾ ਹਿਚਕਿਚਾਉਂਦੇ ਹੈ ਕਿ ਆਪਾਂ ਇੱਕ ਨਵੀਂ ਕੰਪਨੀ ਦੇ ਨਾਲ ਕੰਮ ਕਰੀਏ ਜਾਂ ਨਹੀਂ, ਇੱਕ ਨਵਾਂ ਸਟਾਰਟਅਪ, ਇੱਕ ਥੋੜ੍ਹਾ ਟਰੱਸਟ ਇਸ਼ੂਜ਼ ਹੁੰਦੇ ਆ ਲੋਕਾਂ ਨੂੰ, ਸੋ ਉਹਦੇ ਲਈ ਤੁਸੀਂ ਕੀ ਕਹੋਗੇ? ਐਕਚੁਲੀ ਇਸ ਕੰਪਨੀ ਦਾ ਮਕਸਦ ਇਹੀ ਹੈ ਕਿ ਸਾਰੇ ਜਿਹੜੇ ਸਟਾਰਟਅਪ ਆਈਡੀਆਜ਼ ਹੈ ਸਟੇਟ ਦੇ ਵਿੱਚ, ਡਿਫਰੈਂਟ ਪਾਰਟਸ ਆਫ ਦਾ ਪੰਜਾਬ ਸਟੇਟ, ਉਹਨਾਂ ਨੂੰ ਇਕੱਠਾ ਕਰੀਏ, ਉਹਨਾਂ ਨੂੰ ਕਨੈਕਟ ਕਰੀਏ, ਉਹਨਾਂ ਨੂੰ ਫਿਲਟਰ ਕਰੀਏ ਕਿ ਵਿੱਚ ਸਟਾਰਟਅਪ ਆਈਡੀਆਜ਼ ਆਰ ਵਰਥ ਟੇਕਿੰਗ ਫੋਰਵਰਡ। ਸੋ ਇਹ ਪ੍ਰੋਸੈਸ ਨਾ ਇਹਨਾਂ ਨੇ ਬਿਜ਼ਨਸ ਲੀਡਰਸ,
ਮੈਂਟਰਸ, ਗਵਰਨਮੈਂਟ ਅਫੀਸ਼ਲਸ, ਸਕੂਲਸ, ਕਾਲਜਿਸ, ਟੀਚਰਸ ਐਂਡ ਅਦਰ ਪੰਜਾਬੀ ਡਾਇਸਪੋਰਾ ਜਿਹੜਾ ਬਾਹਰ 'ਚ ਹੈ, ਜਾਂ ਜਿਹੜੇ ਦੂਸਰੀ ਸਟੇਟਸ ਵਿੱਚ ਪੰਜਾਬੀ ਹੈਗੇ ਨੇ ਜਾਂ ਹੋਰ ਮੈਂਟੋਰਸ ਹੈ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹ 600-700 ਆਈਡੀਆਜ਼ ਕਲੈਕਟ ਕੀਤੇ ਸੀ। ਸੋ ਦੇ ਆਰ ਆਲ ਰੈਡੀ ਟੂ ਐਸੋਸੀਏਟਡ ਵਿਦ ਇਨੋਵੇਸ਼ਨ ਮਿਸ਼ਨ ਪੰਜਾਬ, ਕਿਉਂਕਿ ਅੱਜ ਤੱਕ ਕੋਈ ਐਸੀ ਜਗ੍ਹਾ ਹੀ ਨਹੀਂ ਸੀ, ਕੋਈ ਫੋਰਮ ਹੀ ਨਹੀਂ ਸੀ ਜਿੱਥੇ ਇਹਨਾਂ ਨੂੰ ਇਕੱਠਾ ਕਰ ਲਈਏ। ਇਕੱਠੇ ਕਰਕੇ ਉਹਨਾਂ ਨੇ ਇੱਕ ਸਿਸਟਮ ਬਣਾਇਆ ਕਿ ਦੇ ਗੋ ਥਰੂ ਵੇਰੀਅਸ ਸਟੇਜਿਸ ਆਫ ਫਿਲਟਰਿੰਗ, ਅਤੇ ਅੱਜ ਜਿਹੜੇ 15 ਸਟਾਰਟਅਪਸ ਆਏ ਸੀਗੇ, ਦੇ ਆਰ ਦਾ ਸ਼ੋਰਟ ਲਿਸਟਡ ਵਨ ਆਊਟ ਆਫ ਸੈਵਰਲ ਹੰਡਰਡ। ਅਤੇ ਇਸੇ ਤਰ੍ਹਾਂ ਹੀ ਇਹ ਪ੍ਰੋਸੈਸ ਚੱਲਦਾ ਰਹੇਗਾ, ਇਹਨਾਂ ਦੇ ਸਕਸੈਸ ਨਾਲ ਹੋਰ ਆਉਣਗੇ, ਉਹਨਾਂ ਦੇ ਸਕਸੈਸ ਨਾਲ ਹੋਰ ਲੋਕ ਆਉਣਗੇ, ਇਸ ਤਰ੍ਹਾਂ ਇੱਕ ਇਕੋਸਿਸਟਮ ਬਣ ਜਾਏਗਾ ਪੰਜਾਬ 'ਚ। ਸੋ ਦੈਨ ਪੰਜਾਬ ਵਿਲ ਬਿਕਮ ਹੱਬ ਆਫ ਸਟਾਰਟਅਪਸ। ਆਪਾਂ ਸਟਾਰਟਅਪ ਦੀ ਗੱਲ ਕਰਨ ਤਾਂ ਸਰ, ਇੱਕ ਸਟਾਰਟਅਪ ਇੱਕ ਕਿਸੇ ਪਰਟੀਕੁਲਰ ਬਿਜ਼ਨਸ ਲਾਈਨ ਦੇ ਲਈ ਹੈ ਜਾਂ ਫਿਰ ਐਨੀ ਟਾਈਪ ਆਫ ਸਟਾਰਟਅਪ ਇਸ ਚੀਜ਼ ਨੂੰ ਸਪੋਰਟ ਕਰ ਰਹੇ ਹੋ ਤੁਸੀਂ? ਆਪਾਂ ਸਾਰੇ ਸਟਾਰਟਅਪ ਨੂੰ ਸਪੋਰਟ ਕਰ ਰਹੇ ਨੇ। ਪੰਜਾਬ ਜਿਹੜਾ ਪੰਜਾਬ ਹੈ ਨਾ, ਤੁਸੀਂ ਇੱਧਰ ਦੇਖੋਗੇ ਸਾਡੀ ਜਿਹੜੀ ਸਮਾਲ ਐਂਡ ਸਮਾਲ ਸਕੇਲ ਮੈਨੂਫੈਕਚਰਿੰਗ, ਇਟ ਇਜ਼ ਵੈਰੀ ਵੈਰੀ ਸਟਰੋਂਗ। ਅਤੇ ਸਾਡਾ ਜਿਹੜਾ ਇੱਕ ਹੋਰ ਮਕਸਦ ਹੈ ਕਿ ਜੇ ਆਪਾਂ ਛੋਟੇ ਬਿਜ਼ਨਸਸ ਨਾਲ ਕੰਮ ਕਰੀਏ, SMEs ਨਾਲ ਕੰਮ ਕਰੀਏ, ਤਾਂ ਉਹਨੂੰ ਸਕੇਲ ਕਰੀਏ, ਕਿ ਕਿਉਂਕਿ ਜਿਹੜਾ ਉਹਨਾਂ ਨੂੰ ਸਕੇਲ ਕਰਨ ਲਈ ਜਿਹੜਾ ਜਿਹੜਾ ਜਿਹੜੇ ਟੂਲਸ ਚਾਹੀਦੇ ਨੇ, ਨਿਊ ਟੈਕਨੋਲੋਜੀ, ਸਲਾਈਟ ਮੋਰ ਐਕਸੈਸ ਟੂ ਮਾਰਕੀਟਸ, ਯੂ ਨੋ, ਬੈਟਰ ਮੈਂਟਰਸ, ਸਲਾਈਟਲੀ ਮੋਰ ਮਨੀ, ਯੂ ਨੋ, ਓਪਨਿੰਗ ਸੇਲਸ ਓਪਰਚੁਨਿਟੀਜ਼, ਉਹ ਆਪਾਂ ਕਰ ਸਕਦੇ ਨੇ। ਮੈਨੂੰ ਇਹ ਨਹੀਂ ਲੱਗਦਾ ਕਿ ਪੰਜਾਬ 'ਚ ਕੋਈ ਇਹੋ ਜਿਹੀ 3-4 ਵੱਡੀਆਂ ਕੰਪਨੀਆਂ ਆਉਣਗੀਆਂ ਜਿਹੜੀ 30,000-40,000-50,000 ਬੰਦੇ ਇੰਪਲੋਏ ਕਰਨ। ਮੈਨੂੰ ਲੱਗਦਾ ਪੰਜਾਬ ਵਿਲ ਡਿਵੈਲਪ ਲਾਈਕ ਜਰਮਨੀ, ਦੇ ਵਿਲ ਬੀ ਸਮਾਲ ਸਮਾਲ ਪਾਕਿਟਸ ਆਫ ਐਕਸਲੈਂਸ। ਇੱਕ ਕੰਪਨੀ ਇੱਕੋ ਚੀਜ਼ ਬਣਾਊਗੀ, ਪਰ ਜਿਹੜੀ ਚੀਜ਼ ਬਣਾਏਗੀ ਉਹ ਬੈਸਟ ਕੰਮ ਕਰੇਗੀ। ਅਤੇ ਦੂਜੀ ਚੀਜ਼ ਐਗਰੀਟੈਕ, ਵੀ ਕੈਨ, ਇਜ਼ਰਾਈਲ ਨੇ ਇੰਨਾ ਵੱਡਾ ਆਪਣਾ ਐਗਰੀਟੈਕ ਬਣਾਤਾ, ਐਂਡ ਦੇ ਆਰ ਇਨ ਦਾ ਡੈਜ਼ਰਟ। ਵੀ ਹੈਵ ਬੀਨ ਬਲੈਸਡ ਵਿਦ ਦਾ 5 ਰਿਵਰਸ, ਆਪਾਂ ਪੰਜਾਬ ਨੇ, ਵੀ ਹੈਵ ਬੀਨ ਬਲੈਸਡ ਵਿਦ ਦਿਸ ਲੈਂਡ, ਵੀ ਬੀਨ ਬਲੈਸਡ ਵਿਦ ਆਰ ਫੋਰ ਫਾਦਰ ਸੈਕਰੀਫਾਈਸਿਸ, ਵੀ ਕੈਨ ਡੂ ਇਟ ਹੇਅਰ ਆਲਸੋ। ਸੋ ਐਗਰੀਟੈਕ ਇਜ਼ ਆਲਸੋ ਵੈਰੀ ਬਿਗ ਫੋਕਸ ਫੋਰ ਅਸ ਨਾਓ ਜੀ। ਇੱਥੇ ਮੈਂ ਇੱਕ ਇਨਵੈਸਟਮੈਂਟ ਵੀ ਦੀ ਗੱਲ ਕਰੂੰਗੀ। ਲੋਕ ਕਹਿੰਦੇ ਕਿ ਸਾਨੂੰ ਇੰਨੇ ਪੈਸੇ ਕਹਿ ਤੇ ਕਿ ਹਾਂ ਇੰਨੇ ਇਨਵੈਸਟ ਕਰਨੇ, ਬਟ ਫੋਰ ਅਗਰ ਤੁਹਾਡੀ ਗੱਲ ਕਰੀਏ, ਬਿਕੋਜ਼ ਤੁਹਾਨੂੰ ਇੰਨੀ ਜ਼ਿਆਦਾ ਨੌਲੇਜ ਹੈ, ਮੈਂ ਇਹ ਕਹੂੰਗੀ ਕਿ ਜਿਹੜੇ ਦਰਸ਼ਕਾਂ ਨੂੰ ਨੌਲੇਜ ਨਹੀਂ ਹੈ ਇੱਕ ਸਟਾਰਟਅਪ ਦੇ ਬਾਰੇ, ਤਾਂ ਤੁਹਾਨੂੰ ਕੀ ਲੱਗਦਾ ਇੱਕ ਪਰਟੀਕੁਲਰ ਬਿਜ਼ਨਸ ਦੇ ਲਈ ਕਿੰਨੀ ਕੁ ਇਨਵੈਸਟਮੈਂਟ ਲੱਗਦੀ, ਇੱਕ ਸਟਾਰਟਅਪ ਲਈ ਕਿੰਨੀ ਕੁ ਇਨਵੈਸਟਮੈਂਟ ਲੱਗਦੀ ਹੈ? ਦੇਖੋ ਜੀ, ਜਿਹੜੇ ਹਰ ਬਿਜ਼ਨਸ ਅਲੱਗ ਹੁੰਦਾ ਜੀ, ਹਰ ਸਟਾਰਟਅਪ ਅਲੱਗ ਹੁੰਦਾ। ਇਫ ਯੂ ਸੈਟਿੰਗ ਅਪ ਮੈਨੂਫੈਕਚਰਿੰਗ ਯੂਨਿਟ, ਤੁਸੀਂ ਕੋਈ ਚਿਪ ਮੈਨੂਫੈਕਚਰਿੰਗ ਕਰ ਰਹੇ ਹੋ, ਉੱਤੇ ਤੁਹਾਨੂੰ 10-15,000 ਕਰੋੜ ਰੁਪਏ ਲੱਗ ਜਾਏਗਾ ਸੈਟਅਪ ਕਰਨ ਨੂੰ। ਜੇ ਤੁਸੀਂ ਇੱਕ ਸਰਵਿਸ ਕੰਪਨੀ ਸੈਟਅਪ ਕਰ ਰਹੇ ਹੋ, ਉਹਦੇ ਆਸਕ ਇਜ਼ ਡਿਫਰੈਂਟ। ਜੇ ਤੁਸੀਂ ਕੋਈ ਇੱਕ ਕੀ ਕਹਿੰਦੇ ਆ ਐਗਰੀਗੇਟਰ ਕੰਪਨੀ ਸੈਟਅਪ ਕਰ ਰਹੇ ਹੋ, ਉਹਦੀ ਆਸਕ ਇਜ਼ ਡਿਫਰੈਂਟ। ਦੈਟ ਇਜ਼ ਵਾਟ ਦਿਸ ਮਿਸ਼ਨ ਇਜ਼ ਫੋਰ, ਕਿਉਂਕਿ ਇੱਕ ਫਾਰਮੂਲਾ ਹਰ ਬੰਦੇ ਨੂੰ ਅਪਲਾਈ ਨਹੀਂ ਹੁੰਦਾ, ਇਸ ਲਈ ਆਪਾਂ ਆਏ ਨੇ ਟੂ ਗੈਟ ਦ ਬੈਸਟ ਮੈਂਟਰਸ ਫਰੋਮ ਅਕਰੋਸ ਦ ਵਰਲਡ, ਕਿ ਹਰ ਕੰਪਨੀ ਨੂੰ ਆਪਾਂ ਗਾਈਡ ਕਰ ਸਕੀਏ। ਅਤੇ ਜਿਹੜੇ ਤੁਸੀਂ ਪੈਸੇ ਦੀ ਗੱਲ ਕਰ ਰਹੇ ਹੋ, ਹੁਣ ਸਾਡੇ ਇੱਧਰ ਇਸ ਹਾਲ 'ਚ ਕੋਈ 30 ਇਨਵੈਸਟਰ ਨੇ, ਫਰੋਮ ਐਜ਼ ਫਾਰ ਐਜ਼ ਇਸਟੋਨੀਆ, ਫਰੋਮ ਸੀਐਟਲ, ਫਰੋਮ ਡੈਲੀ ਐਂਡ ਬੋਂਬੇ ਐਂਡ ਬੈਂਗਲੋਰ। ਇਹ ਇਸੀ ਮਕਸਦ ਲਈ ਆਏ ਨੇ ਕਿ ਆਪਾਂ ਪੰਜਾਬੀਆਂ ਨੂੰ ਪੈਸੇ ਦੇਈਏ, ਅਤੇ ਇਹਨਾਂ ਨੂੰ ਇਹਦਾ ਜਿਹੜਾ ਇਹਨਾਂ ਦਾ ਬਿਜ਼ਨਸ ਹੈ ਉਹਨੂੰ ਵਧਾਈਏ। ਸੋ ਅਖੀਰ ਦੇ ਵਿੱਚ ਸਰ, ਤੁਸੀਂ ਵਿਊਅਰਸ ਨੂੰ ਕੀ ਕਹੋਗੇ ਜੋ ਆਪਦਾ ਇੱਕ ਨਵਾਂ ਸਟਾਰਟਅਪ ਕਰਨਾ ਚਾਹੁੰਦੇ ਹੈ ਅਤੇ ਇੱਕ ਉਮੀਦ ਲੈ ਕੇ ਆਏ ਕਿ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀ ਮਦਦ ਕਰੋਗੇ? ਆਈ ਥਿੰਕ ਅਸੀਂ ਤਾਂ ਇਹਨਾਂ ਨੂੰ ਇਨਕਰੇਜ ਕਰ ਰਹੇ ਹਾਂ, ਅਤੇ ਆਈਡੀਆਜ਼ 'ਤੇ ਡਿਪੈਂਡ ਕਰਦਾ ਕਿ ਹਾਓ ਇਨੋਵੇਟਿਵ ਦੀ ਆਈਡੀਆ ਇਜ਼। ਅਤੇ ਜਿਹੜੇ ਤੁਸੀਂ ਗੱਲ ਕੀਤੀ ਸੀਗੀ ਵੈਲੂਏਸ਼ਨ ਦੀ, ਜਾਂ ਕਿੰਨੀ ਇਨਵੈਸਟਮੈਂਟ ਹੈ, ਇਟ ਡਿਪੈਂਡਸ ਔਨ ਟੂ ਥਿੰਗਸ। ਇੱਕ ਤਾਂ ਵੈਲੂਏਸ਼ਨ ਪ੍ਰਿੰਸੀਪਲਸ ਆਰ ਐਸਟੈਬਲਿਸ਼ਡ ਕੁਆਇਟ ਵੈਲ,
ਬਟ ਇਫ ਦੇਰ ਇਜ਼ ਅ ਯੂਨੀਕ ਆਈਡੀਆ ਔਰ ਦੇਰ ਇਜ਼ ਅ ਨਿਸ਼ ਇਨ ਦਾ ਮਾਰਕੀਟ, ਉਸ ਲਈ ਫਿਰ ਜ਼ਿਆਦਾ ਵੈਲੂਏਸ਼ਨ ਮਿਲ ਜਾਂਦੀ ਹੈ ਕਿਉਂਕਿ ਆਈਡੀਆ ਯੂਨੀਕ ਹੈ, ਦੀ ਕੇਸ ਬਿਜ਼ਨਸ ਕੇਸ ਇਜ਼ ਸਟਰੋਂਗ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਆਪਣੇ ਆਈਡੀਆਜ਼ ਲਿਆਓ, ਦਿਸ ਫੋਰਮ ਇਜ਼ ਅਵੇਲੇਬਲ, ਮਿਸ਼ਨ ਇਜ਼ ਅਵੇਲੇਬਲ, ਦੇ ਵਿਲ ਕਨੈਕਟ ਵਿਦ ਯੂ ਐਂਡ ਟੈਲ ਯੂ ਵੇਅਰ ਇਨ ਦਾ ਵੈਲੂਏਸ਼ਨ ਹਾਇਰਾਰਕੀ ਯੋਰ ਆਈਡੀਆ ਫਿਟਸ। ਉਹਨਾਂ ਨੂੰ ਪਤਾ ਹੈ, ਬਾਹਰੋਂ ਜੇ ਆਪ ਨਹੀਂ ਪਤਾ ਤਾਂ ਬਾਹਰੋਂ ਐਡਵਾਈਸ ਲੈ ਲੈਣਗੇ। ਸੋ ਦੈਨ ਦਿਸ ਸਿਸਟਮ ਵਿਲ ਗੈਟ ਐਕਟੀਵੇਟਡ, ਵਾਂਸ ਐਕਟੀਵੇਟਡ ਫਿਰ ਆਈ ਥਿੰਕ ਦੇਰ ਇਜ਼ ਨੋ ਸਟੋਪਿੰਗ। ਸੋ ਆਈ ਵਿਸ਼ ਦੈਮ ਆਲ ਦਾ ਬੈਸਟ, ਆਈ ਥਿੰਕ ਆਈ ਐਮ ਵੈਰੀ ਇਨਕਰੇਜਡ ਦ ਕਾਇੰਡ ਆਫ ਰਿਸਪੋਂਸ ਦੇ ਆਰ ਗੈਟਿੰਗ ਟੂਡੇ, ਦਿਸ ਵਿਲ ਮਲਟੀਪਲਾਈ ਐਰ ਐਕਸਲਰੇਟ ਐਟ ਅ ਮਚ ਫਾਸਟਰ ਪੇਸ। ਪੰਜਾਬ ਸਟਾਰਟਅਪ ਇਕੋ ਸਿਸਟਮ ਬਹੁਤ ਅੱਛੇ ਸੇ ਗਰੋ ਕਰ ਰਿਹਾ ਹੈ, ਫਸਟ ਪਾਰਟ। ਸੈਕਿੰਡ, ਦ ਕਾਇੰਡ ਆਫ ਇਨੀਸ਼ੀਏਟਿਵ ਪੰਜਾਬ ਗਵਰਨਮੈਂਟ ਹੈਜ਼ ਸਟਾਰਟ ਟੇਕਿੰਗ, ਇਨੋਵੇਟ ਮਿਸ਼ਨ ਪੰਜਾਬ ਹੈਜ਼ ਬੀਨ ਡੂਇੰਗ ਅਮੇਜ਼ਿੰਗ ਜੋਬ ਰੂਰਲ ਏਰੀਆਜ਼ ਮੇ ਜਾ ਕੇ ਇਨ ਦੀ ਹਾਰਟਲੈਂਡ ਆਫ ਦੀ ਸਟੇਟ ਜਾ ਕੇ ਇਵੈਂਟਸ ਕਰਨਾ, ਲੋਕੋਂ ਕੋ ਵਹਾਂ ਸੇ ਲੈ ਕੇ ਆਨਾ, ਸਟਾਰਟਅਪਸ ਕੋ ਕਿਊਰੇਟ ਕਰਨੇ ਕੀ ਕੋਸ਼ਿਸ਼ ਕਰਨਾ ਔਰ ਉਨਕੇ ਲਈ ਡੈਮੋ ਡੇ ਕਰਵਾਨਾ ਔਰ ਉਨਕੀ ਪਿਚਿੰਗ ਯਹਾਂ ਪੇ ਕਰਵਾਨਾ ਇਜ਼ ਅਮੇਜ਼ਿੰਗ ਵਰਕ। ਐਂਡ ਵੀ ਆਰ ਰੀਲੀ ਪ੍ਰਾਊਡ ਦੈਟ ਪੰਜਾਬ ਇਜ਼ ਰੀਅਲੀ ਯੂ ਨੋ ਕੈਚਿੰਗ ਅਪ ਯੂ ਨੋ ਟੂ ਦੀ ਸਟਾਰਟਅਪ ਇਕੋ ਸਿਸਟਮ, ਕੁਛ ਕੀਆ ਜਾ ਰਿਹਾ ਯਹਾਂ ਪੇ ਦਿਖ ਰਿਹਾ ਹੈ ਅਭੀ। ਐਂਡ ਵੈਰੀ ਹੋਪਫੁਲ ਕਿ ਪੰਜਾਬ ਵੀ ਆਪਣੇ ਦੁਬਾਰਾ ਸਟਾਰਟਅਪ ਇਕੋ ਸਿਸਟਮ ਕੇ ਅੰਦਰ ਰਾਈਜ਼ ਕਰੇਗਾ। ਐਂਡ ਜੈਸਾ ਸੁਬਾ ਸਰ ਨੇ ਵੀ ਬਤਾਇਆ ਕਿ ਦੀ ਪਰ ਕੈਪੀਟਾ ਇਨਕਮ ਵਾਲਾ ਪਾਰਟ ਦੈਟ ਵਾਜ਼ ਅ ਵੈਰੀ ਸ਼ੌਕਿੰਗ ਯੂ ਨੋ ਥਿੰਗ ਟੂ ਲਰਨ ਇਨ 2004 ਯੂ ਨੋ ਐਂਡ 20 ਦਾ ਨੰਬਰਸ ਵਰ ਡਰਾਸਟਿਕ, 24-25 ਕੁਡ ਬੀ ਯੂ ਨੋ ਵੀ ਮਾਈਟ ਬੀ 35th or 36th ਇਨ ਇੰਡੀਆ। ਲੇਕਿਨ ਐਸੇ ਇਨੀਸ਼ੀਏਟਿਵਸ ਅਗਰ ਚਲਤੇ ਰਹੇਗੇ, ਜੋਬ ਕ੍ਰੀਏਸ਼ਨ ਐਂਡ ਯੂ ਨੋ ਦੀ ਸਟਾਰਟਅਪ ਇਕੋ ਸਿਸਟਮ ਵਰਕਸ ਵੈਲ, ਵੀ ਮਾਈਟ ਅਗੇਨ ਕਮ ਟੂ ਦੀ ਨੰਬਰ ਵਨ ਸਪੋਟ। ਆਈ ਥਿੰਕ ਦਿਸ ਇਜ਼ ਸ਼ੇਪਿੰਗ ਅਪ ਵੈਲ, ਆਈ ਥਿੰਕ ਐਨ ਇਨੀਸ਼ੀਏਟਿਵ ਲਾਈਕ ਦਿਸ ਗੋਜ਼ ਅ ਲੌਂਗ ਵੇ, ਕਿਉਂਕਿ ਜਬ ਹਮ ਯੇ ਚੀਜ਼ ਰਿਲਾਈਜ਼ ਕਰਤੇ ਹੈ ਕਿ ਪੰਜਾਬ ਕੇ ਬੱਚੋਂ ਕਾ ਖਵਾਬ ਟੂ ਅ ਲਾਰਜ ਡਿਗਰੀ ਬਾਹਰ ਜਾ ਕੇ ਪੜ੍ਹਨਾ ਔਰ ਬਾਹਰ ਜਾ ਕੇ ਸੈਟਲ ਹੋਣਾ ਰਹਿ ਗਿਆ ਹੈ, ਉਸਕੋ ਚੇਂਜ ਕਰਨਾ ਇਜ਼ ਅ ਰਿਸਪੋਂਸਿਬਿਲਿਟੀ ਵਿਚ ਆਈ ਥਿੰਕ ਆਈ ਐਮ ਪੰਜਾਬ ਇਜ਼ ਟੇਕਿੰਗ ਅਪ ਵੈਰੀ ਵੈਲ। ਐਂਡ ਮਾਈ ਕੰਗਰੈਚੁਲੇਸ਼ਨਸ ਫੋਰ ਹਾਊ ਵੈਲ ਟੂਡੇਜ਼ ਇਵੈਂਟ ਹੈਜ਼ ਗੋਨ, ਐਂਡ ਵੀ ਲੁੱਕ ਫੋਰਵਰਡ ਟੂ ਸਪੋਰਟ ਦਿਸ ਇਨੀਸ਼ੀਏਟਿਵ ਦਾ ਬੈਸਟ ਵੀ ਕੈਨ। ਆਈ ਵੁੱਡ ਲਾਈਕ ਟੂ ਸੇ ਕਿ ਮਤਲਬ ਇਟਸ ਕੁਆਇਟ ਡਿਫੀਕਲਟ, ਬੜੀ ਮੁਸ਼ਕਿਲ ਕੰਮ ਹੈ, ਐਸੇ ਓਵਰ ਨਾਈਟ ਨਹੀਂ ਜਾਤੀ ਹੈ। ਐਂਡ ਆਈ ਥਿੰਕ ਇਟਸ ਰੀਅਲੀ ਇੰਟਰਸਟਿੰਗ ਟੂ ਸੀ ਕਿ ਟੂਡੇ ਯੂ ਹੈਵ ਮੈਨੇਜ ਟੂ ਗੈਟ ਸਟਾਰਟਅਪਸ, ਇਨਵੈਸਟਰਸ ਨੋਟ ਓਨਲੀ ਫਰੋਮ ਪੰਜਾਬ ਬਟ ਫਰੋਮ ਆਲ ਓਵਰ ਇੰਡੀਆ, ਫਰੋਮ ਅਬਰੋਡ, ਯੂ ਹੈਵ ਮੈਂਟਰਸ, ਯੂ ਹੈਵ ਯੂ ਨੋ ਦ ਹੋਲ ਈਕੋਸਿਸਟਮ। ਐਂਡ ਦਿਸ ਇਜ਼ ਦ ਇੰਪੋਰਟੈਂਟ ਥਿੰਗ, ਯੂ ਨੋ ਕਿ ਆਪ ਇੱਕ ਚੀਜ਼ ਪੇ ਫੋਕਸ ਨਹੀਂ ਕਰ ਸਕਤੇ, ਆਪ ਸਟਾਰਟਅਪ ਪੇ ਫੋਕਸ ਨਹੀਂ ਕਰ ਸਕਤੇ, ਪੈਸੋ ਪੇ ਫੋਕਸ ਨਹੀਂ ਕਰ ਸਕਤੇ, ਯੂ ਹੈਵ ਟੂ ਵਰਕ ਔਨ ਬਿਲਡਿੰਗ ਐਵਰੀਥਿੰਗ। ਐਂਡ ਆਈ ਥਿੰਕ ਯੇ ਚੀਜ਼ ਇੰਟਰਸਟਿੰਗ ਹੈ, ਯੇ ਇਟਸ ਅ ਸਟਾਰਟ। ਐਂਡ ਲੋਕੋ ਕੋ ਯੇ ਹੋਣਾ ਚਾਹੀਏ ਕਿ ਇਨ ਪੰਜਾਬ ਯੂ ਨੋ ਵੀ ਆਲਵੇਜ਼ ਹੈਵ ਅ ਪਾਸਟ ਗਲੋਰੀ, ਬਟ ਯੂ ਆਲਵੇਜ਼ ਨੀਡ ਸਮਥਿੰਗ ਟੂ ਲੁੱਕ ਫੋਰਵਰਡ ਟੂ, ਯੂ ਨੀਡ ਅ ਬੀਕਨ ਆਫ ਇੰਸਪੀਰੇਸ਼ਨ, ਯੂ ਨੀਡ ਅ ਬੀਕਨ ਆਫ ਐਸਪੀਰੇਸ਼ਨ। ਐਂਡ ਐਸੇ ਜਬ ਐਵਨਿਊਜ਼ ਹੋ ਜਾਤੇ ਹੈ, ਲੁੱਕ ਐਟ ਦ ਕਾਇੰਡ ਆਫ ਪੀਪਲ ਦੈਟ ਆਰ ਓਵਰ ਹੇਅਰ, ਦ ਸਟਾਰਟਅਪਸ ਦੈਟ ਆਰ ਹੇਅਰ, ਆਈ ਐਮ ਹੋਪਿੰਗ ਦੈਟ ਨੈਕਸਟ ਈਅਰ ਦੇ ਵਿਲ ਬੀ ਦ ਵਨਸ ਟੈਲਿੰਗ ਪੀਪਲ ਇਨ ਡਿਫਰੈਂਟ ਵਿਲੇਜਸ, ਟਾਊਨ, ਸਿਟੀਜ਼ ਕਿ ਹੇ ਆਪ ਜਾਓ ਇੱਧਰ ਨੌਕਰੀ ਮਤ ਕਰੋ, ਨੋ ਗੋ ਬਿਕਮ ਜੋਬ ਗਿਵਰਸ। ਐਂਡ ਆਈ ਥਿੰਕ ਦੈਟ ਇਜ਼ ਦ ਕੀ, ਐਂਡ ਇਟਸ ਗੋਇੰ ਟੂ ਬੀ ਟਫ, ਇਟਸ ਗੋਇੰ ਟੂ ਬੀ ਅ ਲੌਂਗ ਜਰਨੀ, ਬਹੁਤ ਮੁਸ਼ਕਿਲ ਹੋਤਾ ਹੈ, ਬਟ ਯੂ ਨੋ ਵੈਨ ਐਵਰੀਬਡੀ ਇਜ਼ ਡੂਇੰਗ ਇਟ ਫੋਰ ਦ ਰਾਈਟ ਰੀਜ਼ਨ ਐਂਡ ਐਵਰੀਬਡੀ ਇਜ਼ ਸਪੈਂਡਿੰਗ ਦੈਟ ਟਾਈਮ ਹੇਅਰ, ਗੁੱਡ ਥਿੰਗਸ ਆਰ ਗੋਇੰ ਟੂ ਹੈਪਨ। ਸੋ ਵੀ ਹੈਵ ਟੂ ਜਸਟ ਕਾਇੰਡ ਆਫ ਬੀ ਪੇਸ਼ੈਂਟ, ਕੀਪ ਐਟ ਇਟ, ਐਂਡ ਆਈ ਥਿੰਕ ਇਟਸ ਗੋਇੰ ਟੂ ਬੀ ਇਨ 5 years ਸਮਥਿੰਗ ਅਮੇਜ਼ਿੰਗ ਵਿਲ ਹੈਪਨ। ਸੋ ਆਈ ਥਿੰਕ ਦ ਫਨੀ ਦੈਟ ਵੀ ਵਰ ਟਾਕਿੰਗ ਅਬਾਊਟ ਦਿਸ, ਦੈਟ ਪੈਸਾ ਤੋ ਸਭ ਜਗ੍ਹਾ ਹੈ, ਦੇਰ ਇਜ਼ ਅ ਲੋਟ ਆਫ ਮਨੀ ਟੂ ਬੀ ਪੁੱਟ ਇਨ ਟੂ ਸਟਾਰਟਅਪਸ। ਆਈ ਥਿੰਕ ਇਟਸ ਅ ਡਿਫਰੈਂਸ ਬਿਟਵੀਨ ਲਾਈਕ ਆਰ ਪੀਪਲ ਐਜੂਕੇਟਡ ਇਨਫ ਟੂ ਪੁੱਟ ਦਿਸ ਮਨੀ, ਆਈ ਥਿੰਕ ਯੈਸ, ਐਟ ਲੀਸਟ ਇਨ ਦਿਸ ਰੂਮ। ਸੋ ਆਈ ਥਿੰਕ ਦਿਸ ਡੈਫਿਨੇਟਲੀ ਗੁੱਡ ਕੈਲਬਰ, ਦੇਰ ਇਜ਼ ਗੁੱਡ ਸਟਾਰਟਅਪਸ, ਆਈ ਐਮ
personally interested in at least like one or two of them, and that's saying something, because I think India mein the phenomenal thing is the needle moves so fast. You know, aap startups dekho jo ek saal purane hain and they're doing phenomenal things. So I think from a capital perspective, I'm pretty sure that a majority of the startups will get really good conversation started with investors. You won't sign deals today, but at least the first step is there. You can see how busy that kiosks are as well today. So